ਉਹ ਵੀ ਮੌਜੂਦ ਨੇ ਸਾਡੇ ਐਮ ਐਲ ਏ ਲਹਿਰਾਗਾਗਾ ਬ੍ਰਿੰਦਰ ਗੋਇਲ ਜੀ ਇਹਨਾਂ ਨੇ ਤਾਂ ਉਹਨਾਂ ਨੂੰ ਹਰਾਇਆ ਜਿਨ੍ਹਾਂ ਨੇ 25-25 ਸਾਲ ਘਰ ਹੀ ਨਹੀਂ ਛੱਡੇ ਸੀ ਚੰਡੀਗੜ੍ਹ ਹਲਕਾ ਛਡਾਉਣਾ ਤਾਂ ਦੂਰ ਦੀ ਗੱਲ ਹੈ ਘਰ ਮਸਾਂ ਛਡਾਏ ਆ ਉਹਨਾਂ ਤੋਂ ਬ੍ਰਿੰਦਰ ਗੋਇਲ ਜੀ ਸਾਡੀ ਪਾਰਟੀ ਦੇ ਬਹੁਤ ਬਹੁਤ ਸੀਨੀਅਰ ਅਹੁਦੇਦਾਰ ਚੇਅਰਮੈਨ ਸਾਹਿਬ ਇੱਥੋਂ ਕਾਮਰੇ ਬਲਦੇਵ ਜੀ ਇਥੋਂ ਦੀ ਸਾਫਕਾ ਮੌਜੂਦਾ ਪੰਚਾਇਤ ਸਰਪੰਚ ਸਾਹਿਬ ਸਾਰੇ ਪਤਵੰਤੇ ਸੱਜਣ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਦੁਨੀਆ 'ਚ ਆਉਂਦੇ ਨੇ ਤੇ ਜਿਨ੍ਹਾਂ ਨੂੰ ਸਾਰੇ ਵਰਗਾਂ ਦੇ ਲੋਕ ਹੀ ਪਿਆਰ ਕਰਦੇ ਆ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਰਾਜਨੀਤੀ 'ਚ ਆਉਂਦੇ ਆ ਔਰ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਪਿਆਰ ਕੀਤਾ ਜਾਂਦਾ ਹੈ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੇ ਦੇਸ਼ ਲਈ ਘਰ ਛੱਡੇ ਜਵਾਨੀ ਲੇਖੇ ਲਾਈ ਪੜ੍ਹਾਈ ਲੇਖੇ ਲਾਈ ਉਸ ਤੋਂ ਬਾਅਦ ਆਜ਼ਾਦ ਮੁਲਕ ਦੇ ਵਿੱਚ ਪਾਰਲੀਮੈਂਟ ਦੇ ਮੈਂਬਰ ਵੀ ਬਣੇ ਕਿੰਨਾ ਜ਼ਿਆਦਾ ਵਧੀਆ ਲੱਗਦਾ ਹੋ ਉਹਨਾਂ ਨੂੰ ਕਿ ਇਸ ਮੁਲਕ ਲਈ ਲੜੇ ਤੇ ਉਸੇ ਮੁਲਕ ਦੀ ਲੋਕ ਸਭਾ ਦੇ ਵਿੱਚ ਹਾਜ਼ਰ ਉਹਨਾਂ ਚੋਂ ਇੱਕੋ ਇੱਕ ਸ਼ਖਸੀਅਤ ਹੈ ਤੇਜਾ ਸਿੰਘ ਸਤੰਤਰਜੀ ਦਾ ਨਾਮ ਹੈ। ਵੀਰੋ 1901 ਚ ਜੰਮੇ ਸੀ। ਭਗਤ ਸਿੰਘ ਨਾਲੋਂ 6 ਸਾਲ ਵੱਡੇ ਸੀ। ਜਿਸ ਵੇਲੇ ਭਗਤ ਸਿੰਘ ਨੂੰ ਫਾਂਸੀ ਹੋ ਰਹੀ ਸੀ ਉਸ ਵੇਲੇ ਉਹ ਆਜ਼ਾਦੀ ਦੀ ਲਹਿਰ ਚ ਸੀਗੇ। 1931-32 ਚ ਗਦਰੇ ਬਾਬਿਆਂ ਨਾਲ ਸੰਪਰਕ ਹੋਇਆ ਉਹਨਾਂ ਨੇ ਮਿਲਟਰੀ ਟ੍ਰੇਨਿੰਗ ਲਈ ਭੇਜਿਆ ਤੁਰਕੀ ਫਿਰ ਕਿਊਬਾ ਜਰਮਨੀ ਅਮਰੀਕਾ ਕੈਨੇਡਾ ਬਹੁਤ ਸਾਰੇ ਮੁਲਕ ਉਹਨਾਂ ਨੇ ਪੰਜਾਬੀ ਜਿਹੜੇ ਰਹਿੰਦੇ ਸੀ ਭਾਰਤੀ ਜਿਹੜੇ ਰਹਿੰਦੇ ਸੀ ਦੁਨੀਆ ਤੋਂ ਬਾਹਰ ਉਹਨਾਂ ਨੂੰ ਇਕੱਠੇ ਲਾਮਬੰਦ ਕਰਨ ਚ ਲਾਇਆ ਟਾਈਮ ਇੱਥੇ ਆਏ ਗੋਰੀ ਹਕੂਮਤ ਨੇ ਫੜ ਕੇ ਜੇਲ੍ਹ ਚ ਦੇਤਾ ਲੋਕ ਛਿਪ ਕੇ ਵੀ ਰਹਿੰਦੇ ਰਹੇ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਆਈਆਂ ਲੋਕ ਸਭਾ ਚੋਣਾਂ ਦੇ ਵਿੱਚ ਸੰਗਰੂਰ ਬਹੁਤ ਵੱਡੀ ਲੋਕ ਸਭਾ ਸੀ ਉਸ ਵੇਲੇ ਉਸ ਵੇਲੇ ਜਿਹੜਾ ਸੀਗਾ ਹਲਕਾ ਬਹੁਤ ਜ਼ਿਆਦਾ ਵੱਡਾ ਸੀਗਾ ਉਦੋਂ ਜਿੱਤੇ ਭਾਂਤ ਦੀ ਪਾਰਲੀਮੈਂਟ ਚਲੇ ਗਏ ਇੱਕ ਝੋਲਾ ਲੈ ਕੇ ਜਾਂਦੇ ਹੁੰਦੇ ਸੀ ਲੋਕ ਸਭਾ ਚ ਝੋਲਾ ਹੁੰਦਾ ਸੀ ਹੱਥ ਚ ਬੋਲਦੇ ਬਹੁਤ ਵਧੀਆ ਸੀ ਕਿਉਂਕਿ ਜਿਹੜੇ ਬੰਦੇ ਨੇ ਦੇਸ਼ ਵਾਸਤੇ ਲੜਿਆ ਹੋਵੇ ਉਹਨੂੰ ਲਿਖ ਕੇ ਬੋਲਣ ਦੀ ਲੋੜ ਨਹੀਂ ਪੈਂਦੀ ਉਹ ਦਿਲੋਂ ਬੋਲਦਾ ਹੁੰਦਾ ਉਹਨੂੰ ਲਿਖਣਾ ਨਹੀਂ ਪੈਂਦਾ ਜਿਹੜੇ ਬੰਦੇ ਨੇ ਕੋਈ ਲੜਾਈ ਲੜੀ ਆ ਜਿਹੜਾ ਸੱਚ ਬੋਲਦਾ ਉਹਨੂੰ ਲਿਖਣਾ ਨਹੀਂ ਪੈਂਦਾ ਬੋਲਦੇ ਹੁੰਦੇ ਸੀ ਬੜੇ ਮੁੱਦੇ ਠਾਉਂਦੇ ਸੀ ਸੰਗਰੂਰ ਵਾਲੇ ਤਾਂ ਵੈਸੇ ਹੀ ਹਾਲਾਂਕਿ ਜੰਮੇ ਉਹ ਗੁਰਦਾਸਪੁਰ ਦੇ ਸੀ ਐਮਪੀ ਇੱਥੋਂ ਇਨਕਲਾਬ ਦੇ ਮੁੱਢ ਤਾਂ ਸੰਗਰੂਰੀਆਂ ਨੇ ਬੰਨੇ ਨੇ ਜਿੰਨੇ ਬੰਨੇ ਨੇ ਕਰਦੇ ਕਰਾਉਂਦੇ ਤੇਜ ਸਿੰਘ ਸੁਤੰਤਰ ਤੋਂ ਲੈ ਕੇ 2014 ਚ ਮੇਰਾ ਨੰਬਰ ਵੀ ਆ ਗਿਆ ਇਹ ਕੰਮ ਵੀ ਸੰਗਰੂਰੀਆਂ ਨਹੀਂ ਕੀਤਾ ਫਿਰ 19 ਚ ਫੇਰ ਕਹਿੰਦੇ ਕੋਈ ਆ ਚਾਹੇ ਸਾਡਾ ਪਰ ਇਹ ਤੁਸੀਂ ਯਕੀਨ ਕੀਤਾ 22 ਚ ਉਹ ਤੋਂ ਵੱਡਾ ਯਕੀਨ ਕੀਤਾ ਅੱਜ ਤੁਸੀਂ ਮੈਨੂੰ ਉੱਥੇ ਪਹਛਾਤਾ ਜਿੱਥੇ ਸੁਪਨਾ ਵੀ ਨਹੀਂ ਲੈ ਸਕਦਾ ਕੋਈ ਮੈਂ 7 ਜਨਮ ਲੈ ਕੇ ਵੀ ਹਰ ਸਾਹ ਤੋਂ ਬਾਅਦ ਜੇ ਤੁਹਾਡਾ ਧੰਨਵਾਦ ਕਰੀ ਜਾਵਾਂ ਤਾਂ ਵੀ 7 ਜਨਮ ਪੂਰੇ ਨਹੀਂ ਪੈਣੇ ਤੁਹਾਡੇ ਇੱਜ਼ਤ ਤੁਹਾਡੇ ਪਿਆਰ ਵਾਸਤੇ ਪਰ ਕੋਸ਼ਿਸ਼ ਜਿਸ ਤਰ੍ਹਾਂ ਅਰਸ਼ੀ ਸਾਹਿਬ ਨੇ ਕਿਹਾ ਬਹੁਤ ਤਜਰਬੇਕਾਰ ਬੰਦੇ ਨੇ ਬੜੀਆਂ ਨੇਹਰੀਆਂ ਚਖੜ ਦੇਖੇ ਇਹਨਾਂ ਨੇ ਤਜਰਬਾ ਇਹਨਾਂ ਕੋਲੇ ਬਹੁਤ ਜ਼ਿਆਦਾ ਇਹ ਤਜਰਬਾ ਲੈਣਾ ਚਾਹੀਦਾ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਮੈਂ ਤਾਂ ਇਹ ਕਹਿਣਾ ਹੁੰਨਾ ਮੈਂ ਅਕਸਰ ਕਹਿਣਾ ਹੁੰਨਾ ਵੋਟਾਂ ਦਾ ਰੌਲਾ ਤੁਸੀਂ ਲਾ ਲਓ ਵੀ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਤਾਂ 1.5 1800 ਦਿਨ ਬਣਦਾ લાલો 5 ਸਾਲਾਂ ਬਾਅਦ 1850 ਦਿਨ ਬਣਦਾ ਹੈ 5 ਸਾਲਾਂ ਦਾ 50 ਦਿਨ ਵੋਟਾਂ ਦਾ ਰੌਲਾ ਪੈਂਦਾ ਚਲ ਦੋ ਮਹੀਨੇ ਲਾ ਲੋ ਜੋ ਦੋ ਕੁ ਮਹੀਨੇ ਪਿੰਡਾਂ ਵਾਲਿਓ ਮੇਰੀ ਗੱਲ ਸੁਣ ਲਓ ਧਿਆਨ ਨਾਲ ਦੋ ਕੁ ਮਹੀਨੇ ਜਿਹੜੀ ਮਰਜ਼ੀ ਪਾਰਟੀ ਕਰਨੀ ਹੋ ਜਾ ਕਰੋ ਤੁਹਾਡਿਆ ਤੁਹਾਡੀ ਅਵਧੀ ਰ ਹੈ ਲੋਕਤੰਤਰ ਹੈ ਜਿੰਨੂੰ ਮਰਜ਼ੀ ਜੀ ਦੇ ਨਾਲ ਮਰਜ਼ੀ ਹੋ ਜਾ ਦੋ ਕੁ ਮਹੀਨੇ ਉਸ ਤੋਂ ਬਾਅਦ ਜਿਹੜਾ ਜਿੱਤ ਗਿਆ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਬਾਕੀ 1800 ਦਿਨ ਤੱਕ ਇਕੱਠੇ ਰਹੋ ਬਾਕੀ 18 ਦਿਨ 1800 ਦਿਨ ਤੱਕ ਇਕੱਠੇ ਹੋ ਨਾ ਬਾਕੀ ਵੀ ਆਪਾਂ ਤਾਂ ਦੁਸ਼ਮਣੀਆਂ ਪਾ ਲੈਣੇ ਆਂ ਵੀ ਉਹਨਾਂ ਦੀ ਗਲੀ ਵਿਤੀ ਨਹੀਂ ਜਾਣਾ ਉਹਨਾਂ ਦੀ ਪ੍ਰਾਤ ਨਹੀਂ ਚੜ੍ਹਨੀ ਉਹਨਾਂ ਦੇ ਭੋਗਤੇ ਨਹੀਂ ਜਾਣਾ ਇਹ ਆਪਣੇ ਬੁਰਦ ਸੀ ਉਦੋਂ ਇਹ ਕੰਮ ਨਹੀਂ ਕਰਨੇ ਵੋਟਾਂ ਮਿਲਿਆ ਆਪਾਂ ਨੂੰ ਹੱਕ ਹੈ ਹਰੇਕ ਨੂੰ ਹੱਕ ਹੈ ਵੀ ਉਹ ਭਾਵੇਂ ਜਿੱਧਰ ਮਰਜੀ ਹੋ ਜੇ ਪਰ ਵੋਟਾਂ ਤੋਂ ਬਾਅਦ ਭਾਈ ਜਿਹੜਾ ਜਿੱਤ ਗਿਆ ਉਹਨੂੰ ਵਧਾਈਆਂ ਦੇ ਕੇ ਕਹੋ ਚਲੋ ਪਿੰਡ ਦੇ ਕੰਮ ਕਰਾਈਏ ਪਿੰਡ ਦੇ ਜਦੋਂ ਸਾਂਝੇ ਕੰਮ ਕਰਾਉਣੇ ਹੁਣ ਉਦੋਂ ਇਕੱਠੇ ਹੋ ਜਓ ਸਰਪੰਚੀ ਵੇਲੇ ਵੀ ਮੈਂ ਅਨਾਉਂਸ ਕੀਤਾ ਸੀ ਐਮਪੀਸੀ ਮੈਂ ਅਰਸੀ ਸਾਹਿਬ ਜਦੋਂ ਇੱਥੋਂ ਤਾਂ ਮੈਂ ਅਨਾਉਂਸ ਕੀਤਾ ਸੀ ਕਿ ਪਿੰਡ ਜਿਹੜਾ ਪਿੰਡ ਸਰਬਸੰਮਤੀ ਕਰੂਗਾ 5 ਲੱਖ ਰੁਪਇਆ ਉਹਨੂੰ ਪਹਿਲਾਂ ਦੇਵਾਂਗੇ ਜਿਹੜਾ ਸਰਬਸੰਮਤੀ ਚ ਕਰੂਗਾ ਕਿਉਂਕਿ ਸਰਪੰਚੀ ਵੇਲੇ ਲੜਾਈਆਂ ਬਹੁਤ ਹੁੰਦੀਆਂ 755 ਦੇ ਕੇਸ ਹੋ ਜਾਂਦੇ ਨੇ ਘਰਾ ਮੂਰਦੀ ਲਲਕਾਰੇ ਮਾਰ ਕੇ ਲੰਘਣ ਲੰਗ ਜਾਂਦੇ ਆ ਲਲਕਾਰਿਆਂ ਜੀ ਜਿੱਤ ਜਾਣਾ ਪਹਿਲਾਂ ਤਾਂ ਪੂਨ ਪੰਜ ਮਾਰ ਸੀ ਆਪਾਂ ਸੱਤ ਮਾਰੇ ਆ। ਇਕਤਾ ਮੈਂ ਇਹ ਚਾਹਨਾ ਸਰਪੰਚ ਜਿਹੜਾ ਉਹ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ। ਪਿੰਡ ਦਾ ਸਰਪੰਚ ਜਿਹੜਾ ਸਾਰਿਆਂ ਨੂੰ ਕਹਵੇ ਆ ਜਾਓ ਭਾਈ ਵੈਲਕਮ ਤੁਸੀਂ ਵੀ ਆਓ ਟੂਰਨਾਮੈਂਟ ਤੇ ਹਰੇਕ ਨੂੰ ਬੁਲਾਓ। ਬਲਕਿ ਜਿਹੜਾ ਵੱਧ ਪੈਸੇ ਦਿੰਦਾ ਮੈਂ ਤਾਂ ਕਹਾਂ ਉਹਨੂੰ ਬੁਲਾਓ ਨਾਲ। ਚੀਫ ਗੈਸਟ ਬਣਾਓ ਉਹਨੂੰ। ਅਗਲੇ ਨੂੰ ਹੁਣ ਟੂਰਨਾਮੈਂਟ ਤੇ ਭਾਈ ਇਕੱਠ ਮਿਲਦਾ ਹੈ। ਉਹਨੇ ਆ ਆਪਦਾ ਕੋਈ ਲੀਡਰ ਬਣਨਾ ਹੈ ਤਾਂ ਫਿਰ ਇਕੱਠੋ ਕਿੱਥੇ ਮਿਲਦਾ ਹੂੰ ਐ ਕਰਿਆ ਕਰਾਇਆ ਉਹਨੂੰ ਕਹੋ ਵੀ ਤੂੰ ਕਿੰਨੇ ਦਿਨਾਂ ਸਾਡੇ ਪਿੰਡ ਨੂੰ ਤੂੰ ਦੱਸ ਤੈਨੂੰ ਤੈਨੂੰ ਮੁੱਖ ਮਹਿਮਾਨ ਬਣਾ ਦਿੰਨੇ ਆ ਲੋ ਕੰਮ ਪਿੰਡ ਵਾਸਤੇ ਸੋ ਇਸੇ ਕਰਕੇ ਅੱਜ ਦਾ ਦਿਨ ਇਹ ਆ ਇੱਥੇ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਕਿਸੇ ਦਾ ਨਾਮ ਆਦਮੀ ਪਾਰਟੀ ਦਾ ਨਾ ਸੀਪੀਆਈ ਦਾ ਇੱਥੇ ਆਪਾਂ ਸਾਰੇ ਇਕੱਠੇ ਆ ਉਹ ਬੰਦਾ ਜਿਹੜਾ ਸੀ ਤੇਜ ਸਿੰਘ ਸੁਤੰਤਰ ਉਹਦੀ ਸ਼ਖਸੀਅਤ ਵੱਲ ਦੇਖੋ ਆਪਾਂ ਬਹੁਤ ਬੌਣੇ ਲੱਗਦੇ ਆ ਬਹੁਤ ਛੋਟੇ ਲੱਗਦੇ ਆ ਉਹਦੇ ਮੁਕਾਬਲੇ ਜਿਸ ਵੇਲੇ ਮੌਤ ਹੋਈ ਤੇ ਜੈ ਸਿੰਘ ਸੁਤੰਤਰ ਜੀ ਦੀ ਪਾਰਲੀਮੈਂਟ ਦੇ ਵਿੱਚ ਬੋਲ ਰਹੇ ਸੀ ਦਿਲ ਦਾ ਦੌਰਾ ਪੈ ਗਿਆ 인ਦਰਾ ਗਾਂਧੀ ਉਦੋਂ ਮੌਜੂਦ ਸੀ ਪਾਰਲੀਮੈਂਟ 'ਚ ਤੇ ਜਦੋਂ 인ਦਰਾ ਇਕੱਠ ਹੋ ਗਿਆ ਵੀ ਰੌਲਾ ਪੈ ਗਿਆ ਜਦੋਂ ਕਿ ਦੌਰਾ ਪੈ ਗਿਆ ਐਮਪੀ ਦੇ ਪਿਆ ਤੇ 인ਦਰਾ ਗਾਂਧੀ ਨੇ ਝੋਲਾ ਚੱਕਿਆ ਜਿਹੜਾ ਝੋਲਾ ਸੀ ਉਸ ਝੋਲੇ 'ਚੋਂ ਦੋ ਸੁੱਕੀਆਂ ਰੋਟੀਆਂ ਤੇ